ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਨੂੰ ਜੀ ਸਫ਼ਰ ਕਰਨ ਵਾਲਿਆਂ ਲਈ ਵੱਡੀ ਤੇ ਜ਼ਰੂਰੀ ਖਬਰ ਅੱਜ ਇੱਥੇ ਇੱਥੇ ਬੱਸਾਂ ਰਹਿਣਗੀਆਂ ਬੰਦ ਤਾਜ਼ਾ ਵੱਡੀ ਖਬਰ ਆ ਚੁੱਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਅੱਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਆ ਚੰਡੀਗੜ੍ਹ ਵਿਖੇ ਪਾਰਟੀ ਸੇਨਾ ਦਿਵਸ ਦੇ ਮੌਕੇ ਸੁਖਨਾ ਝੀਲ ਤੇ 에ਅਰ쇼 ਹੋਏਗਾ ਜੀਟੀਓ ਦੀਆਂ ਬੱਸਾਂ ਨੂੰ ਦਰਸ਼ਕਾਂ ਨੂੰ ਕੁਝ ਸਟਾਪਾਂ ਤੋਂ ਝੀਲ ਤੱਕ ਪਹੁੰਚਾਉਣ ਤੇ ਫਿਰ ਵਾਪਸ ਛੱਡਣ ਦੀ ਜ਼ਿੰਮੇਵਾਰੀ ਦਿੱਤੀ ਹੈ ਅਜੇ ਇਸ ਤੀਜਾ ਟ੍ਰਾਂਸ ਸਿਟੀ ਦੇ ਬੱਚੇ ਨੌਜਵਾਨ ਤੇ ਬਜ਼ੁਰਗ ਸਿਟੀਜ਼ਨੀਆਂ ਬੱਸਾਂ 'ਚ ਆਮ ਆਂਗ ਸਫ਼ਰ ਨਹੀਂ ਕਰ ਸਕਣਗੇ ਟ੍ਰਾਇਓ ਸਿਟੀ ਦੇ ਵਿੱਚ ਲੋਕਾਂ ਦੀ ਸੇਵਾ ਲਈ ਸਿਰਫ 40 ਇਲੈਕਟ੍ਰੋਨਿਕ ਬੱਸਾਂ ਚੱਲਣਗੀਆਂ ਬਾਕੀ ਸਾਰੀਆਂ ਮੁੱਖ ਬੱਸਾਂ ਸੋਖਣਾ ਜੀਲ ਤੇ ਹੋਣ ਵਾਲੇ 에ਅਰ ਛੋਲੀ ਰੁੱਝੀਆਂ ਰਹਿਣਗੀਆਂ ਆਜਾਮ ਸਿਟੀਯੂ ਦੀ ਸੇਵਾ ਬੰਦ ਰਹੇਗੀ ਸ਼ਨੀਵਾਰ ਨੂੰ ਸਵੇਰੇ 10:30 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰਾਈ ਸਿਟੀ ਦੀ ਸੀਟੀਯੂ ਬੱਸ ਸੇਵਾ ਬੰਦ ਰਹੇ ਕਿਉਂਕਿ ਇਹਨਾਂ ਸਾਰੀਆਂ ਬੱਸਾਂ 에ਅਰ ਸ਼ੋਚ ਲੋਨ ਵਿੱਚ ਰੁਝੀਆਂ ਰਹਣ ਗਿਆ ਇਹ ਬੱਸਾਂ ਸਵੇਰੇ 11 ਵਜੇ ਤੋਂ ਲੈ ਕੇ ਉਹਨਾਂ ਦੇ ਪਿਕਅਪ ਪੁਆਇੰਟ ਤੋਂ ਸੁਖਨਾ ਚੀਲ ਤੱਕ ਉਤਾਰਨ ਦਾ ਕੰਮ ਸ਼ੁਰੂ ਕਰ ਦੇਣ ਗਿਆ ਇਹ ਸੀਟੀਯੂ ਦੀ ਬੱਸਾਂ ਆਮ ਦਿਨਾਂ ਵਾਂਗ ਸ਼ਹਿਰ 'ਚ ਨਹੀਂ ਚੱਲਣ ਗਿਆ ਇਸ ਤੋਂ ਇਲਾਵਾ ਸੀਡੀ ਦੇ ਕਈ ਬੱਸਾਂ ਵੀ ਲੰਬੇ ਰੂਟਾਂ 'ਤੇ ਨਹੀਂ ਚੱਲਣ ਗਿਆ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ